ਸਤਿ ਸ਼੍ਰੀ ਅਕਾਲ ਪੰਜਾਬੀਓ, ਹੋਰ ਸਾਰੇ ਠੀਕ ਠਾਕ ਹੋ? ਉਮੀਦ ਹੈ ਸਾਰੇ ਠੀਕ ਹੀ ਹੋਵੋਗੇ। ਕਿਉਂ ਤੁਹਾਡੀਆਂ ਜ਼ਮੀਰਾਂ ਮਰ ਗਈਆਂ ਕਿ ਤੁਸੀਂ ਚਾਰ ਚਾਰ ਫੁੱਟ ਦੀਆਂ ਪਾਈਪਾਂ 'ਤੇ ਝੰਡੇ ਲਾ ਕੇ ਅੱਜ ਵੀ ਉਹਨਾਂ ਅਬਾਨੀਆਂ ਡਾਨੀਆਂ ਦੇ ਸੈਲੋ ਪਲਾਂਟਾਂ ਦੇ ਵਿੱਚ ਆਪਣੀ ਕਣਕ ਵੇਚਣ ਜਾ ਰਹੇ ਹੋ? ਤੁਹਾਨੂੰ ਕਿਉਂ ਨਹੀਂ ਸ਼ਰਮ ਆਉਂਦੀ? ਸਿਰਫ ਤੁਸੀਂ 100-200 ਦੇ ਲਾਲਚ ਪਿੱਛੇ ਉੱਥੇ ਜਾ ਰਹੇ ਹੋ? ਤੁਸੀਂ ਉਹ ਦਿਨ ਭੁੱਲ ਗਏ ਜਦੋਂ ਪੂਰਾ 1.5 ਸਾਲ ਕਿਸਾਨਾਂ ਨੂੰ ਉੱਥੇ ਜਲੀਲ ਕੀਤਾ ਗਿਆ ਸੀ? ਤੁਸੀਂ ਤਾਂ ਹਜ਼ਾਰਾਂ ਕਿਸਾਨਾਂ ਦੀਆਂ ਕੁਰਬਾਨੀਆਂ ਨੂੰ ਵੀ ਭੁਲਾ ਦਿੱਤਾ ਪੰਜਾਬੀਓ। ਯੂਕਰੇਨ ਅਤੇ ਇੰਡੀਆ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਕਣਕ ਪ੍ਰੋਡਿਊਸ ਕੀਤੀ ਜਾਂਦੀ ਸੀ ਅਤੇ ਯੂਕਰੇਨ ਦੇ ਵਿੱਚ ਅਤੇ ਰਸ਼ੀਆ ਦਾ ਆਪਸੀ ਯੁੱਧ ਹੋਣ ਦੇ ਕਾਰਨ ਜਿਹੜੀ ਕਿ ਕਣਕ ਦੀ ਮੰਗ ਹੈ ਜਿਹੜੀ ਹੋਰ ਵੀ ਜ਼ਿਆਦਾ ਵੱਧ ਗਈ। ਅਤੇ ਤੁਸੀਂ ਕਾਡਲਾ ਪੋਰਟ ਤੋਂ ਜਿਹੜੀ ਕਣਕ ਹੈ ਜਿਹੜੀ ਐਕਸਪੋਰਟ ਹੋ ਰਹੀ ਹੈ ਅਤੇ ਉੱਥੇ ਜਾ ਕੇ ਦੇਖੋ 4000 ਰੇਟ ਹੈ ਉੱਥੇ ਕਣਕ ਦਾ, ਅਤੇ ਤੁਹਾਨੂੰ 100-200 ਦਾ ਲਾਲਚ ਦੇ ਕੇ ਤੁਹਾਨੂੰ ਲੁੱਟ ਰਹੇ ਨੇ। ਅੰਬਾਨੀ ਅਡਾਨੀ ਤਾਂ ਆਪ ਅਮੀਰ ਬਣ ਰਹੇ ਨੇ ਅਤੇ ਤੁਹਾਨੂੰ ਜਿਹੜੀਆਂ ਸਰਕਾਰੀ ਮੰਡੀਆਂ ਦੇ ਨਾਲ ਉਹ ਤੋੜ ਰਹੇ ਨੇ, ਉਹ ਸਿਰਫ ਤੁਹਾਨੂੰ 100-200 ਦਾ ਲਾਲਚ ਦੇ ਕੇ ਤੁਹਾਨੂੰ ਲੁੱਟ ਰਹੇ ਨੇ ਅਤੇ ਸਰਕਾਰੀ ਮੰਡੀਆਂ ਨੂੰ ਖਤਮ ਕਰ ਰਹੇ ਨੇ। ਜੇ ਤੁਸੀਂ ਉਹਨਾਂ ਸਰਕਾਰੀ ਮੰਡੀਆਂ ਦੇ ਵਿੱਚ ਆਪਣੀ ਫਸਲ ਹੀ ਨਹੀਂ ਵੇਚੋਗੇ ਤਾਂ ਉਹਨਾਂ ਮੰਡੀਆਂ ਨੇ ਤਾਂ ਆਪੇ ਹੀ ਖਤਮ ਹੋ ਜਾਣਾ। ਤੁਸੀਂ ਉਹ ਦਿਨ ਕਿਉਂ ਭੁੱਲ ਗਏ ਜਿਹੜਾ ਪੂਰਾ 1.5 ਸਾਲ ਹੈ ਉਹਨਾਂ ਮੰਡੀਆਂ ਦੇ ਪਿੱਛੇ ਹੀ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਡਟੇ ਰਹੇ ਹੋ? ਹਜੇ ਤਾਂ ਉਸ ਅੰਦੋਲਨ ਨੂੰ ਹੋਇਆ 1 ਸਾਲ ਵੀ ਨਹੀਂ ਹੋਇਆ। ਜੇ ਤੁਸੀਂ ਅੰਬਾਨੀਆਂ ਡਾਨੀਆਂ ਦੇ ਪਿੱਛੇ ਹੀ ਲੱਗਣਾ ਸੀ ਤਾਂ ਫਿਰ ਉੱਥੇ ਕਿਉਂ ਇੰਨਾ ਟਾਈਮ ਬੈਠੇ ਰਹੇ? ਆਪਦੇ ਘਰਾਂ 'ਚ ਬਹਿੰਦੇ ਉੱਥੇ ਕੀ ਲੈਣ ਗਏ ਸੀ? ਤੁਸੀਂ ਕਿਉਂ ਤੁਹਾਡੀਆਂ ਜ਼ਮੀਰਾਂ ਮਰ ਗਈਆਂ? ਅੱਜ ਤਾਂ ਇਹ ਇਕੱਲੀ ਕਣਕ ਦਾ ਹੀ ਤੁਹਾਨੂੰ MSP ਤੋਂ ਜ਼ਿਆਦਾ ਰੇਟ ਦੇ ਰਹੇ ਨੇ ਅਤੇ ਇੱਕ ਟਾਈਮ ਅਜਿਹਾ ਵੀ ਆਊਗਾ ਕਿ ਤੁਹਾਨੂੰ ਜਿਹੜੀਆਂ ਦੂਸਰੀਆਂ ਫਸਲਾਂ ਉਹਨਾਂ ਦਾ ਰੇਟ ਵੀ ਤੁਹਾਨੂੰ MSP ਤੋਂ ਜ਼ਿਆਦਾ ਦੇ ਦੇਣਗੇ ਅਤੇ ਤੁਹਾਨੂੰ ਇਹ ਆਪਦੇ ਵੱਲ ਖਿੱਚਣਗੇ ਲਾਲਚ ਦੇ ਕੇ ਅਤੇ ਤੁਸੀਂ ਇਹਨਾਂ ਦੇ ਜਾਲ ਵਿੱਚ ਫਸ ਜਾਣਾ। ਅਤੇ ਜਿਹੜੇ ਤੁਸੀਂ ਅੰਦੋਲਨ ਜਿਹੜਾ ਲੜਿਆ ਸੀ ਇਹਨਾਂ ਮੰਡੀਆਂ ਦੇ ਪਿੱਛੇ, ਉਹ ਜਿਹੜਾ ਤੁਹਾਡਾ ਅੰਦੋਲਨ ਕਿਸੇ ਕੰਮ ਨਹੀਂ ਆਉਣਾ। ਇਹਨਾਂ ਸਰਕਾਰੀ ਮੰਡੀਆਂ ਨੂੰ ਤਾਲੇ ਲੱਗ ਜਾਣੇ ਹੈ, ਪ੍ਰਾਈਵੇਟ 'ਚ ਸਭ ਕੁਛ ਹੋ ਜੂਗਾ। ਅਤੇ ਜੇ ਤੁਸੀਂ ਇੱਦਾਂ ਹੀ ਇਹਨਾਂ ਦੇ ਲਾਲਚ ਦੇ ਪਿੱਛੇ ਲੱਗੇ ਰਹੇ ਤਾਂ ਤੁਹਾਡਾ ਕੁਛ ਨਹੀਂ ਰਹਿਣਾ। ਕੁਝ ਕੁ ਵਿਦਵਾਨਾਂ ਨੂੰ ਅਤੇ ਪੰਜਾਬੀਆਂ ਨੂੰ ਮੇਰੀ ਗੱਲ ਦਾ ਬਹੁਤ ਗੁੱਸਾ ਲੱਗਣਾ ਕਿ ਇਹ ਕੀ ਬੋਲ ਰਹੀ ਹੈ, ਪਰ ਜੋ ਮੇਰੇ ਮਨ ਦੇ ਵਿੱਚ ਸੀਗਾ ਮੈਂ ਉਹ ਬੋਲਤਾ। ਜੇ ਇੱਦਾਂ ਹੀ ਆਪਣੇ ਲੁੱਟ ਖਸੁੱਟ ਹੁੰਦੀ ਰਹੀ ਤਾਂ ਆਪਣੇ ਪੰਜਾਬੀਆਂ ਦੇ ਕੋਲ ਕੁਛ ਨਹੀਂ ਰਹਿਣਾ, ਆਪਣੇ ਤੋਂ ਸਭ ਕੁਛ ਖੋਹ ਲਿਆ ਜਾਊਗਾ ਥੋੜ੍ਹੇ ਜਿਹੇ ਲਾਲਚ ਪਿੱਛੇ। ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ।